कैनेडा दियां वड्डियां ट्रकिंग कंपनियां ड्राइवर अते ओनर ऑपरेटर भर्ती करन आ रहीआं हन। ट्रकिंग जॉब इवेंट 10 जून दिन एतवार नूं डेक्सी गुरु घर मिसीसागा ओंटेरियो विखे करवाया जा रहा है। लोकल अते लोंग हॉल जॉबां लैण लई आप पहुंचो अते अपने दोस्तां मित्रां अते रिश्तेदारां नूं वी नाल लैके आओ। यह एक नॉन प्रॉफिट इवेंट है जो कि भाईचारे की भलाई लई कीता जा रहा है। इस इवेंट नूं देसी ट्रकिंग मैगजीन वल्लों ऑर्गेनाइज किया जा रहा है। होर जानकारी लई फोन करो। दोस्तों प्रोग्राम लंबी वाटां दे इस हिस्से विच तुहाडा सब दा हार्दिक स्वागत है। दोस्तों देसी ट्रकिंग मैगजीन हमेशा ही कोशिश करती रही है कि ट्रकिंग कंपनीज़ विच ते ड्राइवरां दे विच एक कड़ी का काम करे। इसे तरजीह दे उत्ते देसी ट्रकिंग वालों एक ट्रकिंग जॉब्स हायरिंग ईवेंट ऑर्गेनाइज़ किया जा रहा है। इस ईवेंट बारे ज़्यादा जानकारी लेने हाँ देसी ट्रकिंग मैगजीन तो दिलबाग सिंह धालीवाल जी होना दे नाल। सत श्री अकाल धालीवाल साहब। सत श्री अकाल जी। ਤਾਲੀਵਾਲ ਸਾਹਿਬ, ਇਹ ਈਵੈਂਟ ਜਿਹੜਾ ਤੁਸੀਂ ਕਰਵਾ ਰਹੇ ਹੋ ਇਹਦਾ ਕੀ ਮਕਸਦ ਹੈ, ਇਹ ਕੀ ਹੈ ਇਹ ਈਵੈਂਟ, ਇਹਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ? ਅਸਲ ਵਿੱਚ ਜੀ ਟਰੈਕਿੰਗ ਜੋਬਸ ਹਾਇਰਿੰਗ ਈਵੈਂਟ ਆ। ਵੱਖ ਵੱਖ ਤਰ੍ਹਾਂ ਦੇ ਜਿਹੜੇ ਹਾਇਰਿੰਗ ਈਵੈਂਟਸ ਹੁੰਦੇ ਰਹਿੰਦੇ ਆ ਵੱਖ ਵੱਖ ਫੀਲਡ ਦੇ ਵਿੱਚ, ਕਿਉਂਕਿ ਅਸੀਂ ਟਰੈਕਿੰਗ ਦੇ ਨਾਲ ਜੁੜੇ ਹੋਏ ਹਾਂ ਤਾਂ ਅਸੀਂ ਕੈਨੇਡਾ ਦੀਆਂ ਵੱਡੀਆਂ ਟਰੈਕਿੰਗ ਕੰਪਨੀਆਂ ਨੂੰ ਕਨਵੈਂਸ ਕੀਤਾ ਕਿ ਉਹ ਸਾਡੀ ਕਮਿਊਨਿਟੀ ਦੇ ਵਿੱਚ ਆ ਕੇ ਵਧੀਆ ਡਰਾਈਵਰਸ ਓਨਰ ਓਪਰੇਟਰਸ ਨੂੰ ਭਰਤੀ ਕਰਕੇ ਲੈ ਕੇ ਜਾਣ ਜੀ। ਅਤੇ ਉਸ ਚੀਜ਼ ਨੂੰ ਅਸੀਂ ਔਰਗੇਨਾਈਜ਼ ਜਿਹੜੇ ਹੈਗੇ ਆ ਕਰ ਰਹੇ ਹਾਂ ਤਾਂ ਕਿ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਵਧੀਆ ਜੋਬਾਂ ਟਰੈਕਿੰਗ ਦੇ ਵਿੱਚ ਲੈ ਕੇ ਆਈਏ ਅਸੀਂ। ਕਿੱਥੇ ਕਰਾ ਰਹੇ ਹੋ ਜੀ ਤੁਸੀਂ ਇਹ ਈਵੈਂਟ? ਇਹ ਮਿਸੀਸਾਗਾ ਓਨਟੈਰੀਓ ਦੇ ਵਿੱਚ ਜੀ, ਡਿਕਸੀ ਗੁਰੂ ਘਰ ਹੈਗਾ ਉੱਥੇ ਕਰਵਾ ਰਹੇ ਹਾਂ ਜੀ ਅਸੀਂ। ਠੀਕ, ਤੁਸੀਂ ਗੁਰੂ ਘਰ ਹੀ ਕਿਉਂ ਚੂਜ਼ ਕੀਤਾ ਜੀ ਇਸ ਈਵੈਂਟ ਦੇ ਲਈ? ਦੇਖੋ ਜੀ, ਹਰ ਕੋਈ ਗੁਰੂ ਘਰ ਸਭ ਕੁਛ ਮੰਗਣ ਜਾਂਦਾ, ਔਰ ਅਸੀਂ ਜੋਬ ਮੰਗਣ ਜਾਂਦੇ ਹਾਂ ਉਹ ਵੀ ਗੁਰੂ ਘਰ ਮੰਗਣ ਜਾਂਦੇ ਹਾਂ। ਇਹ ਸਮਝ ਲਓ ਬਾਬੇ ਦੀ ਮਿਹਰ ਹੋ ਗਈ, ਕੋਈ ਸਬੱਬ ਬਣ ਗਿਆ ਕਿ ਅਸੀਂ ਉਹ ਜਿਹੜੀਆਂ ਜੋਬਾਂ ਹੈਗੀਆਂ ਜਾਂ ਉਹ ਜਿਹੜੀ ਜਗ੍ਹਾ ਆਪਦੇ ਆਪ ਹੀ ਸਬੱਬ ਦੇ ਨਾਲ ਹੀ ਚੁਣੀ ਗਈ, ਕੋਈ ਅਸੀਂ ਮਿੱਥ ਕੇ ਨਹੀਂ ਚੁਣੀ ਜੀ। ਔਰ ਇਹ 10 ਜੂਨ ਨੂੰ ਦਿਨ ਐਤਵਾਰ ਨੂੰ ਹੋ ਰਿਹਾ, ਔਰ ਸੁਬਹਾ ਤੋਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਉਹ ਸਾਰੀਆਂ ਟਰੈਕਿੰਗ ਕੰਪਨੀਜ਼ ਆਪਣੇ ਬੂਥ ਲਾ ਕੇ ਬੈਠਣਗੀਆਂ, ਔਰ ਤੁਸੀਂ ਡਾਇਰੈਕਟ ਉਹਨਾਂ ਦੇ ਨਾਲ ਡੀਲ ਕਰ ਸਕਦੇ ਆ। ਮਤਲਬ ਸਾਡੀ ਕੋਈ ਵਿਚੋਲਗੀ ਨਹੀਂ ਹੋਊ, ਅਸੀਂ ਤਾਂ ਸਿਰਫ ਇੱਕ ਔਰਗੇਨਾਈਜ਼ਰ ਹੈਗੇ ਹਾਂ, ਸਾਡੀ ਕੋਈ ਫੀਸ ਨਹੀਂ ਹੈਗੀ, ਔਰ ਇਹ ਕਮਿਊਨਿਟੀ ਦੇ ਫਾਇਦੇ ਵਾਸਤੇ ਕਰ ਰਹੇ ਹਾਂ। ਡਿਕਸੀ ਗੁਰਦੁਆਰਾ ਸਾਹਿਬ ਕਰ ਰਹੇ ਹੈਗੇ 10 ਜੂਨ ਔਰ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਜੀ। ਤੁਸੀਂ ਨੇਕ ਕੰਮ ਬਾਬੇ ਦੇ ਨਾਂ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ? ਹਾਂ ਬਿਲਕੁਲ ਜੀ, ਸਾਰਾ ਕੁਛ ਉਹਦੇ ਦੇ ਨਾਂ ਦੇ ਬਾਬੇ ਦਾ ਦਿੱਤਾ ਹੋਇਆ ਸਾਰਾ ਕੁਛ ਆ। ਤੁਸੀਂ ਇਸ ਈਵੈਂਟ ਦੀ ਕੋਈ ਟਿਕਟ ਵਗੈਰਾ ਰੱਖੀ, ਕੋਈ ਐਂਟਰੀ ਟਿਕਟ ਵਗੈਰਾ? ਨਾ ਜੀ, ਬਿਲਕੁਲ ਫ੍ਰੀ ਆ, ਨੋਨ ਪ੍ਰੋਫਿਟ ਈਵੈਂਟ ਆ, ਇਹ ਕੋਈ ਮਨੀ ਬਣਾਉਣ ਵਾਸਤੇ ਨਹੀਂ ਕਰ ਰਹੇ ਅਸੀਂ ਕੋਈ ਚੌਧਰ ਵਾਸਤੇ ਨਹੀਂ ਕਰ ਰਹੇ। ਇਹਦਾ ਸਿਰਫ ਇੱਕੋ ਇੱਕ ਮਕਸਦ ਹੈਗਾ ਕਿ ਜਿਹੜੀ ਅੱਜ ਦੀ ਮਾਰਕੀਟ ਹੈਗੀ ਜਾਂ ਅੱਜ ਦਾ ਜਿਹੜਾ ਟਾਈਮ ਹੈਗਾ ਉਹਦੇ ਵਿੱਚ ਜੋਬਸ ਦੀ ਬਹੁਤ ਥੋੜ੍ਹਾ ਹਰੇਕ ਫੀਲਡ ਦੇ ਵਿੱਚ, ਔਰ ਟਰੈਕਿੰਗ ਦੇ ਵਿੱਚ ਵੀ ਕਾਫੀ ਜਿਹੜੇ ਜੋਬਸ ਦੀ ਲੋੜ ਹੈਗੀ ਆ ਲੋਕਾਂ ਨੂੰ। ਤਾਂ ਇਹ ਜਿਹੜੀਆਂ ਟਰੈਕਿੰਗ ਕੰਪਨੀਆਂ ਨੂੰ ਅਸੀਂ ਬੇਨਤੀ ਵੀ ਕੀਤੀ ਸੀਗੀ, ਜਿਹੜੀਆਂ ਜੇ ਮੈਂ ਵੱਡੀਆਂ ਟਰੈਕਿੰਗ ਕੰਪਨੀਆਂ ਦੀ ਗੱਲ ਕਰਦਾ ਤਾਂ ਇਹ ਕੈਨੇਡਾ ਦੀਆਂ ਟੋਪਰ ਆ, ਜਿਹਨਾਂ ਕੋਲ 4000 ਰਿਕਰੂਵਮੈਂਟ ਆ, 5000 ਰਿਕਰੂਵਮੈਂਟ ਆ, 3000 ਰਿਕਰੂਵਮੈਂਟ ਆ, ਉਹ ਕੰਪਨੀਆਂ ਨੂੰ ਅਸੀਂ ਬੇਨਤੀ ਕੀਤੀ ਕਿ ਤੁਸੀਂ ਸਾਡੇ ਕੋਲ ਆਓ ਔਰ ਸਾਡੀ ਕਮਿਊਨਿਟੀ ਦੇ ਵਿੱਚੋਂ ਬੰਦੇ ਹਾਇਰ ਕਰਕੇ ਲੈ ਕੇ ਜਾਓ। ਔਰ ਸਾਡਾ ਇੱਕੋ ਇੱਕ ਮਕਸਦ ਆ ਕਿ ਸਾਡੇ ਜਿਹੜੇ ਵੀਰਾਂ ਨੂੰ ਕੋਈ ਜੋਬ ਮਿਲੇ ਔਰ ਵਧੀਆ ਮਿਲੇ, ਉਹ ਵਧੀਆ ਕਮਾਈ ਕਰਨ ਔਰ ਉਹਨਾਂ ਦੀ ਜਿਹੜੀ ਹੈਗੀ ਜ਼ਿੰਦਗੀ ਵਧੀਆ ਹੋਵੇ, ਇਹੀ ਸਾਡਾ ਇੱਕੋ ਇੱਕ ਮਕਸਦ। ਕਿਹੜੀਆਂ ਕਿਹੜੀਆਂ ਕੰਪਨੀਆਂ ਇਹਦੇ ਵਿੱਚ ਤੁਹਾਡੇ ਨਾਲ ਸ਼ਿਰਕਤ ਕਰ ਰਹੀਆਂ ਨੇ? ਦੇਖੋ ਜੀ, ਟੋਪਰ ਆ ਜਿਵੇਂ ਚੈਲੇਂਜਰ ਕੰਪਨੀ ਹੈਗੀ ਆ, ਡੇ ਐਂਡ ਰੋਸ ਹੈਗੀ ਆ, ਰੋਜ਼ਡੇਲ ਗਰੁੱਪ ਆ, ਕੁਇਕ ਐਕਸ ਆ, ਸਾਡੇ ਕੋਲ ਫਿਰ ਡਰਾਈਵ ਲੋਜਿਸਟਿਕ ਆ ਜਾਂਦੀ ਹੈਗੀ ਆ, ITS ਆ, TST ਟਰੱਕ ਲੋਡ, ਔਰ ਆਪਣੀ ਕਮਿਊਨਿਟੀ ਦੇ ਵਿੱਚੋਂ ਦੋ ਵੱਡੀਆਂ ਕੰਪਨੀਆਂ ਜਿਹੜੀ ਅਕੌਰ ਟਰਾਂਸਪੋਰਟੇਸ਼ਨ ਅਤੇ ਹਰਮਨ ਗਰੁੱਪ ਜੀ। ਠੀਕ ਹੈ ਜੀ, ਉਹ ਆ ਰਿਹਾ ਤਕਰੀਬਨ ਸਾਡੇ ਕੋਲ 12 ਕੰਪਨੀਆਂ ਜਿਹੜੀਆਂ ਵੱਡੀਆਂ ਆ ਰਹੀਆਂ ਹੈਗੀਆਂ ਟਰੈਕਿੰਗ ਜੋਬ ਲੈ ਕੇ। ਸੋ ਤੁਸੀਂ, ਤੁਹਾਡੇ ਕਹਿਣ ਦਾ ਮਤਲਬ ਆ ਕਿ ਇਸ ਈਵੈਂਟ ਤੋਂ ਕੁਛ ਨਾ ਕੁਛ ਵਧੀਆ ਜਿਹੜਾ ਹੈ ਟਰੈਕਿੰਗ ਨਾਲ ਸੰਬੰਧਿਤ ਬੰਦਿਆਂ ਨੂੰ ਕੱਢਣ ਨੂੰ ਮਿਲੂਗਾ, ਕੁਛ ਨਾ ਕੁਛ ਵਧੀਆ ਲੈ ਕੇ ਜਾਣਗੇ ਇਸ ਈਵੈਂਟ ਤੋਂ? ਹਾਂ ਹਾਂਜੀ ਹਾਂਜੀ, ਸਪੈਸੀਫਿਕ ਇਹ ਹਾਇਰਿੰਗ ਈਵੈਂਟ ਹੈਗਾ, ਇੱਥੇ ਆਪਾਂ ਕੋਈ ਮਨੋਰੰਜਨ ਦਾ, ਕਿਉਂਕਿ ਗੁਰਦੁਆਰਾ ਸਾਹਿਬ ਹੈਗਾ, ਕੋਈ ਮਨੋਰੰਜਨ ਦਾ ਨਹੀਂ, ਕੋਈ ਹੋਰ ਅਸੀਂ ਇਹਦੇ 'ਤੇ ਫੋਕਸ ਨਹੀਂ ਰੱਖਿਆ, ਸਿਰਫ ਜਿਹੜੇ ਮੇਰੇ ਵੀਰਾਂ ਨੂੰ ਜੋਬ ਚਾਹੀਦੀ ਹੈ ਵਧੀਆ ਕੰਪਨੀਆਂ ਦੇ ਨਾਲ, ਕਿਉਂਕਿ ਡ੍ਰੀਮ ਹੁੰਦਾ, ਮੈਂ ਆਪ ਟਰੱਕ ਚਲਾਇਆ 8-9 ਸਾਲ ਪਹਿਲਾਂ, ਔਰ ਹਰੇਕ ਬੰਦੇ ਦੀ ਡ੍ਰੀਮ ਹੁੰਦੀ ਹੈ ਕਿ ਮੈਂ ਵਧੀਆ ਕੰਪਨੀ ਦੇ ਨਾਲ ਕੰਮ ਕਰਾਂ ਔਰ ਵਧੀਆ ਕਮਾਈ ਕਰਾਂ। ਤਾਂ ਉਹ ਵਧੀਆ ਕੰਪਨੀਆਂ ਹੁਣ ਚੱਲ ਕੇ ਸਾਡੇ ਗੁਰੂ ਘਰ ਆ ਰਹੀਆਂ ਨੇ ਤੁਹਾਨੂੰ ਜੋਬਾਂ ਦੇਣ ਵਾਸਤੇ, ਔਰ ਇਹਦੇ ਵਿੱਚ ਡਰਾਈਵਰਸ ਉਹ ਭਰਤੀ ਕਰ ਰਹੇ ਆ, ਨਵੇਂ ਐਕਸਪੀਰੀਅੰਸ ਵਾਲੇ ਓਨਰ ਓਪਰੇਟਰ ਭਰਤੀ ਕਰ ਰਹੇ ਆ, ਈਵਨ ਕਿ ਜਿਹੜੀਆਂ 2-4-5-10 ਟਰੱਕਾਂ ਵਾਲੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਵੀ ਉੱਥੇ ਆ ਕੇ ਓਪਰਚੁਨਿਟੀਜ਼ ਦੇਖਣੀਆਂ ਚਾਹੀਦੀਆਂ, ਕਿਉਂਕਿ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਇਹਨਾਂ ਦੇ ਕੋਲ 2000 ਟਰੱਕ, 3000 ਟਰੱਕ ਔਰ ਵੱਡੇ ਪੱਧਰ ਦੀਆਂ ਕੰਪਨੀਆਂ ਇਹ ਤੁਹਾਡੇ 8-10 ਟਰੱਕ ਇਕੱਠੇ ਵੀ ਹਾਇਰ ਕਰ ਸਕਦੀਆਂ। ਜੀ ਜੀ ਜੀ,
तलगल साहब तुसी साडे दर्शकों नूं कोई देना चाहोगे सुनेहा, तुसी पर्सनली उन्हां नूं कोई मैसेज देना चाहोगे कि उत्थे जेकर उह आउंदे ने तां उन्हां नूं किस किस्म दे बेनीफिट मिलणगे? देखो जी, असीं एक साडी सीरियस एफर्ट आ और कम्यूनिटी वास्ते एफर्ट आ जी, और ये साडी जिवें पहला आख्या मैं कोई बल्ले बल्ले वास्ते नहीं हैगी, ना असीं कोई इहदे चों प्रॉफिट लै रहे हां, नॉन प्रॉफिट इवेंट हैगा। मैं तां सारिआं नूं इही बेनती करूँगा कि उह उत्थे आप आउण और अपने जिहड़े हैगे दोस्तां नूं, रिश्तेदारां, मित्रां नूं जिन्हां नूं जॉब चाहीदी आ, चाहे वह किसी कंपनी दे विच जॉब कर ही रहे, उन्होंने अपग्रेड भी करनी हैगी आपदी जॉब, तो वह सारे उत्थे आउण, क्योंकि यह जिहड़ा जिहड़ियां कंपनियां नूं कन्विंस कराउणा कोई सौखी गल नहीं, और इहदे विच साडी हैल्प जिहड़ी हैगी आ उह कुछ लोकल बिजनेसिस जिवें पापूलर टायर हैगा, नाइट्रो कैनेडा हैगा, जां साडे कोल एज फाइनैंशियल ग्रुप हैगा, और उस तों बिना साडे कोल होर साडे एक स्पोंसर हैगे आ कि जिहड़े मिस्टर डेंट करके आ, उन्होंने साडी काफ़ी हैल्प की हैगी इस ईवेंट नूं जिहड़ा हैगा फाइनैंशियल हैल्प करन वास्ते। अलवाल साहब, असीं अपने दर्शकों नूं रिक्वेस्ट करांगे कि वह जरूर तुहानूं तुहाडे हायरिंग ईवेंट के उत्ते, तुहाडे ट्रकिंग जॉब्स हायरिंग ईवेंट उत्ते ज्वाइन करन ते फायदा लैण उस चीज़ तों। साडे नाल गल करन दे लई तुहाडा बहुत बहुत धन्यवाद। सत श्री अकाल जी। सत श्री अकाल। कैनेडा दीआं वड्डीआं ट्रकिंग कंपनियां ड्राइवर अते ओनर ऑपरेटर भर्ती करन आ रही हैं। ट्रकिंग जॉब इवेंट 10 जून दिन एतवार नूं डेक्सी गुरु घर मिसीसागा ओंटेरियो विखे करवाया जा रहा है। लोकल अते लोंग हॉल जॉबां लैण लई आप पहुंचो अते अपने दोस्तां, मित्रां अते रिश्तेदारां नूं वी नाल लैके आओ। ये एक नॉन प्रॉफिट इवेंट है जो कि भाईचारे की भलाई लई कीता जा रहा है। इस इवेंट नूं देसी ट्रकिंग मैगजीन वल्लों ऑर्गेनाइज किया जा रहा है। होर जानकारी लई फोन करो